ਪੰਜਾਬ ਦੀ ਇੱਕ ਰਾਜਨੀਤਿਕ ਪਾਰਟੀ ਦੇ ਇੱਕ ਆਗੂ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਨਵਾਂ ਸਬਜ ਬਾਗ ਦਿਖਾਇਆ। ਕਿਉਂਕਿ ਇਤਿਆਮ ਹੀ ਕਹਾਵਤ ਹੈ ਵੀ ਜਦੋਂ ਬੰਦਾ ਮਰਦਾ ਹੋਵੇ ਨਾ ਉਹ 100 ਤਰ੍ਹਾਂ ਦੇ ਸਹਾਰੇ ਲੋਚਦਾ, ਅਤੇ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਦੀ ਹਾਲਤ ਕੁਛ ਇਸ ਤਰ੍ਹਾਂ ਦੀ ਹੈ, ਉਹ ਡੁੱਬਦਾ ਤਿਨਕੇ ਦਾ ਸਹਾਰਾ ਲੱਭਦਾ ਵੀ ਕਿੱਧਰੋਂ ਲੱਭ ਜਾਈਏ। ਜਿਹੜਾ ਝੋਨਾ ਅਤੇ ਕਣਕ ਦਾ ਫਸਲੀ ਚੱਕਰ ਹੈ ਨਾ, ਇਸ ਫਸਲੀ ਚੱਕਰ ਵਿੱਚੋਂ ਨਿਕਲਣ ਦੇ ਲਈ ਪੰਜਾਬ ਦੇ ਕਿਸਾਨ ਨੂੰ ਜੋ ਕੋਈ ਵੀ ਕੋਈ ਸੁਪਨਾ ਦਿਖਾਉਂਦਾ, ਕੋਈ ਸਬਜ ਬਾਗ ਦਿਖਾ ਦਿੰਦਾ, ਉਹਦੇ ਮਗਰ ਤੁਰ ਫਿਰਦਾ। ਪੰਜਾਬ ਦੇ ਪਟਿਆਲਾ ਤੋਂ MP ਨੇ ਡਾਕਟਰ ਧਰਮਵੀਰ ਗਾਂਧੀ, ਉਹਨਾਂ ਨੇ ਪੰਜਾਬ ਦੇ ਵਿੱਚ ਪੋਸਤ ਦੀ ਖੇਤੀ ਸਰਕਾਰ ਨੂੰ ਇਜਾਜ਼ਤ ਬੀਜਣ ਦੀ ਇਜਾਜ਼ਤ ਦੀ ਮੰਗ ਕੀਤੀ ਹੈ। ਉਹਦਾ ਪਹਿਲਾਂ ਤਾਂ ਉਹਨਾਂ ਨੇ ਇਹੀ ਕਾਰਨ ਦੱਸਿਆ ਸੀ ਸ਼ੁਰੂਆਤ ਵਿੱਚ ਵੀ, ਇਹਦੇ ਨਾਲ ਜਿਹੜੀ ਪੰਜਾਬ ਵਿੱਚ ਹੈਰੋਇਨ ਦੀ ਤਸਕਰੀ ਹੁੰਦੀ ਹੈ ਨਾ, ਸਮਗਲਿੰਗ ਹੁੰਦੀ ਹੈ, ਉਹ ਰੁਕ ਜਾਏਗੀ। ਫਿਰ ਬਾਅਦ ਵਿੱਚ ਜਦੋਂ ਖੁਦਕਸ਼ੀਆਂ ਦਾ ਮਾਮਲਾ ਸੀ ਜਿਹੜਾ ਉਹ ਬਹੁਤਾ ਲੋਕਾਂ ਵਿੱਚ ਚਰਚਾ ਦੇ ਵਿੱਚ ਆ ਗਿਆ, ਫਿਰ ਉਹਨਾਂ ਨੇ ਨਾਲ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹਦੇ ਨਾਲ ਖੁਦਕਸ਼ੀਆਂ ਵੀ ਰੁਕਣਗੀਆਂ, ਇਹਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਹੋਵੇਗੀ। ਔਰ ਉਹਨਾਂ ਨੇ NDPS ਐਕਟ ਵਿੱਚ ਬਦਲਾਵ ਕਰਨ ਵਾਸਤੇ ਇੱਕ ਪ੍ਰਾਈਵੇਟ ਬਿੱਲ ਵੀ ਪੇਸ਼ ਕੀਤਾ, ਔਰ ਛਪਾਰ ਦੇ ਮੇਲੇ ਦੇ ਉੱਤੇ ਕਾਨੂੰਨ ਨੂੰ ਮੂੰਹ ਚੜਾਉਂਦੇ ਹੋਏ ਪੋਸਤ ਦੇ ਬੀਜਾਂ ਦਾ ਛੱਟਾ ਵੀ ਦਿੱਤਾ ਕੈਮਰਿਆਂ ਦੇ ਸਾਹਮਣੇ। ਮਾਫੀ ਚਾਹੁੰਦਾ। ਹੁਣ ਇਹ ਗੱਲ ਤਾਂ ਅਸੀਂ ਵਿਚਾਰਨੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਅਫੀਮ ਦੀ ਜਿਹੜੀ ਖੇਤੀ ਬੀਜਣ ਦੀ ਮੰਗ ਹੋ ਰਹੀ ਹੈ ਕਿੰਨੀ ਕੁ ਜਾਇਜ਼ ਹੈ। ਕੁਝ ਕੁ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ। UNO ਦੀ ਜਿਹੜੀ ਨਾਰਕੋਟਿਕ ਡਰੱਗਸ ਕਨਵੈਨਸ਼ਨ 1961 ਹੈ, ਉਹਦੇ ਦਾਇਰੇ ਵਿੱਚ ਰਹਿੰਦਿਆਂ ਹੋਇਆਂ UNO ਨੇ ਹਿੰਦੁਸਤਾਨ ਵਿੱਚ ਕੁਝ ਚੁਣੀਂਦੇ ਇਲਾਕਿਆਂ ਦੇ ਵਿੱਚ ਡਾਕਟਰੀ ਸਹਾਇਤਾ ਦੇ ਲਈ ਅਫੀਮ ਬੀਜਣ ਦੀ ਇਜਾਜ਼ਤ ਦਿੱਤੀ ਹੋਈ ਹੈ। ਔਰ ਦੁਨੀਆ ਦੇ ਵਿੱਚ ਭਾਰਤ ਜਿਹੜਾ ਉਹ ਡਾਕਟਰੀ ਉਦੇਸ਼ਾਂ ਦੇ ਲਈ ਫੀਮ ਪੈਦਾ ਕਰਨ ਵਿੱਚ ਪਹਿਲੇ ਨੰਬਰ 'ਤੇ ਹੈ। ਰਾਜਸਥਾਨ ਵਿੱਚ ਪ੍ਰਤਾਪਗੜ੍ਹ ਦਾ ਇਲਾਕਾ, ਮੱਧ ਪ੍ਰਦੇਸ਼ ਵਿੱਚ ਮੰਦਸੌਰ, ਰਤਲਾਮ ਅਤੇ ਨੀਮਚ ਦਾ ਇਲਾਕਾ, ਉੱਤਰ ਪ੍ਰਦੇਸ਼ UP ਦੇ ਵਿੱਚ ਬਾਰਾਬੰਕੀ, ਬਰੇਲੀ, ਲਖਨਊ ਅਤੇ ਫੈਜ਼ਾਬਾਦ, ਇੱਥੋਂ ਦੇ ਇਲਾਕਿਆਂ ਦੇ ਵਿੱਚ ਖੇਤੀ ਅਫੀਮ ਬੀਜੀ ਜਾਂਦੀ ਹੈ। ਇਸ ਸਾਰੇ ਕੰਮ ਦੇ ਵਾਸਤੇ ਲਗਭਗ 45,000 ਦੇ ਕਰੀਬ 44,821 ਲਾਇਸੈਂਸ ਨੇ ਜਿਹੜੇ ਉਹ ਮਿਲੇ ਹੋਏ ਨੇ, ਔਰ ਇਹ ਸਾਰੇ ਕੇਂਦਰੀ ਨਾਰਕੋਟਿਕ ਜਿਹੜੀ ਬਿਊਰੋ ਹੈ ਉਹਦੀ ਦੇਖ ਰੇਖ ਦੇ ਹੇਠ 1985 ਤੋਂ ਇਹ ਖੇਤੀ ਹੋ ਰਹੀ ਹੈ। ਪੋਸਤ ਦੀ ਖੇਤੀ, ਅਫੀਮ ਦੀ ਖੇਤੀ ਬੀਜਣ ਦੇ ਲਈ ਜਿਹੜੇ ਨੇ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਜਿਹੜੇ ਤੱਥ ਪੇਸ਼ ਕੀਤੇ ਗਏ ਨੇ ਉਹ ਕਿਸੇ ਦਲੀਲ ਅਤੇ ਕਿਸੇ ਅੰਕੜੇ ਦੇ ਉੱਤੇ ਫਿੱਟ ਨਹੀਂ ਬੈਠਦੇ। ਇੰਨਾ ਪੜ੍ਹਿਆ ਲਿਖਿਆ ਬੰਦਾ ਇੰਨੀਆਂ ਮੂਰਖਤਾ ਭਰੀਆਂ ਗੱਲਾਂ ਕਰ ਸਕਦਾ, ਕਈ ਵਾਰ ਹੈਰਾਨ ਹੋ ਜਾਈਦਾ, ਭਾਵੇਂ ਕਿ ਉਹਨਾਂ ਦੀ ਇਮਾਨਦਾਰੀ 'ਤੇ ਸਾਨੂੰ ਕੋਈ ਸ਼ੱਕ ਨਹੀਂ ਹੈ। ਜਿਹੜੇ
ਅਫੀਮ ਦੀ ਖੇਤੀ ਬੀਜਣ ਦੇ ਹੱਕ ਦੇ ਵਿੱਚ ਨੇ, ਉਹਨਾਂ ਨੂੰ ਪਹਿਲਾਂ ਇਹ ਪੁੱਛ ਕੇ ਦੇਖੀਏ ਅਸੀਂ, ਤੁਸੀਂ ਜਿਤਨੇ ਬੈਠੇ ਹੋ, ਕਿ ਜੇਕਰ ਅਫੀਮ ਦੀ ਖੇਤੀ ਬੀਜਣ ਦੇ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਹੈ ਜਿਹੜੀ ਉਹ ਸੁਧਰ ਜਾਏਗੀ, ਅਤੇ ਜਿਹੜਾ ਮੰਦਸੌਰ ਦਾ ਕਿਸਾਨ ਹੈ ਉਹ ਖੁਦਕੁਸ਼ੀਆਂ ਕਿਉਂ ਕਰ ਰਿਹਾ ਹੈ, ਪ੍ਰਤਾਪਗੜ੍ਹ ਦਾ ਕਿਸਾਨ, ਬਾਰਾਬੰਕੀ ਦੇ ਇਲਾਕੇ ਵਾਲਾ ਕਿਸਾਨ ਹੈ ਉਹ ਜੇਲ੍ਹਾਂ 'ਚ ਬੰਦ ਕਿਉਂ ਹੈ, ਪੁੱਛਣਾ ਚਾਹੀਦਾ ਨਾ ਸਾਨੂੰ। ਜਿਹੜਾ ਰਤਲਾਮ ਅਤੇ ਨੀਮਚ ਦਾ ਇਲਾਕਾ ਹੈ ਉੱਥੋਂ ਦੇ ਕਿਸਾਨ ਦੇ ਉੱਪਰ ਲੱਖਾਂ ਰੁਪਈਆਂ ਦਾ ਕਰਜ਼ਾ ਕਿਉਂ ਹੈ, ਜਿੰਨੇ ਕੁ ਕਿਸਾਨ ਪੰਜਾਬ ਵਿੱਚ ਖੁਦਕੁਸ਼ੀਆਂ ਕਰ ਰਹੇ ਨੇ, ਇਹਨਾਂ ਇਲਾਕਿਆਂ 'ਚ ਕਿਸਾਨਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ, ਔਰ ਇਹ ਕਿਸਾਨ ਅਫੀਮ ਦੀ ਖੇਤੀ 1985 ਤੋਂ ਕਰਦੇ ਪਏ ਨੇ ਔਰ ਹਾਲਤ ਪੰਜਾਬ ਤੋਂ ਇਹਨਾਂ ਦੀ ਨੀਵੀਂ ਹੈ। ਦੂਸਰਾ ਇਹ ਵੀ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਜਾਂ ਉਹਨਾਂ ਦੀ ਮੰਗ ਦੇ ਵਿੱਚ ਸਪੋਰਟ ਕਰਨ ਵਾਲਿਆਂ ਵੱਲੋਂ ਇਹ ਦਲੀਲ ਦਿੱਤੀ ਗਈ ਵੀ ਇਹਦੇ ਨਾਲ ਸਮਗਲਿੰਗ ਹੈ ਨਾ ਜਿਹੜੀ ਪੰਜਾਬ 'ਚ ਤਸਕਰੀ ਹੈ ਨਸ਼ੇ ਦੀ ਉਹ ਰੁਕ ਜਾਏਗੀ, ਜਿਹੜਾ ਅੱਜ ਹੈਰੋਇਨ ਦੀ ਜਾਂ ਜਿਹੜੀ ਅਫੀਮ ਦੀ ਸਮਗਲਿੰਗ ਹੋ ਰਹੀ ਹੈ ਨਾ ਉਹ ਰੁਕ ਜਾਏਗੀ। ਪਰ ਜੇਕਰ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਮੇਰੇ ਕੋਲ ਆ ਕੁਝ ਅੰਕੜੇ ਨੇ, ਮੈਂ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ। ਦਿਨੋ ਦਿਨ ਜਿੱਥੇ ਜਿੱਥੇ ਵੀ ਨਸ਼ਿਆਂ ਦੇ ਲਾਇਸੈਂਸ ਮਿਲਦੇ ਨੇ, ਜਿੱਥੇ ਜਿੱਥੇ ਵੀ ਨਸ਼ੇ ਵਰਤ ਸਰਕਾਰ ਆਪ ਵਰਤਾਉਂਦੀ ਹੈ, ਉੱਥੇ ਉੱਥੇ ਅਪਰਾਧ ਵੱਧ ਰਹੇ ਨੇ ਔਰ ਸਮਗਲਿੰਗ ਵੱਧ ਰਹੀ ਹੈ। ਆਪਾਂ ਸੌਖੀ ਜੀ ਉਦਾਹਰਨ ਪੰਜਾਬ ਦੀ ਲੈ ਲਓ, ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਹੈ ਸ਼ਰੇਆਮ ਵਿਕਦੀ ਹੈ। ਹੁਣ ਤਾਂ ਕੈਪਟਨ ਸਰਕਾਰ ਨੇ ਇੰਨੀ ਕਿਰਪਾ ਕੀਤੀ ਵੀ ਉਹ ਕਹਿੰਦੇ ਸ਼ਰਾਬ ਨੂੰ ਤਾਂ ਨਸ਼ੇ ਨਹੀਂ ਮੰਨਦੇ ਅਸੀਂ, ਪਰ ਪੰਜਾਬ ਦੇ ਵਿੱਚ ਸ਼ਰਾਬ ਘਟੀ ਹੈ ਕਿ ਵਧੀ ਹੈ? ਜਿਹੜੇ ਕਹਿੰਦੇ ਆ ਵੀ ਅਫੀਮ ਦੀ ਖੇਤੀ ਕਰਨ ਦੇ ਨਾਲ ਨਸ਼ਾ ਘੱਟ ਜਾਏਗਾ, ਇਹ ਦੱਸੋ ਵੀ ਸ਼ਰਾਬ ਪੰਜਾਬ ਵਿੱਚ ਸ਼ਰੇਆਮ ਵਿਕਦੀ ਹੈ, ਘਟੀ ਹੈ ਕਿ ਵਧੀ ਹੈ? ਅੰਕੜੇ ਥੋੜ੍ਹੇ ਜਿਹੇ ਲੈ ਲਓ। 1980 ਦੇ ਮੁਕਾਬਲੇ ਪੰਜਾਬ ਦੀ ਧਰਤੀ 'ਤੇ ਜਿਹੜਾ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ 'ਚ 7 ਤੋਂ 8 ਗੁਣਾ ਵਾਧਾ ਹੋਇਆ। 1980 ਵਿੱਚ 1,49,00,000 ਪਰੂਫ ਲੀਟਰ ਤੋਂ ਜਿਹੜੀ ਸ਼ਰਾਬ ਵੱਧ ਕੇ ਅੱਜ 8.44 ਕਰੋੜ ਜਿਹੜੀ ਸ਼ਰਾਬ ਹੈ ਉਹ ਲੀਟਰ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਵਿਕ ਰਹੀ ਹੈ। ਅੰਗਰੇਜ਼ੀ ਸ਼ਰਾਬ ਦੀ ਗੱਲ ਕਰੀਏ 69.35 ਲੱਖ ਪਰੂਫ ਲੀਟਰ ਤੋਂ ਵੱਧ ਕੇ 3.71 ਕਰੋੜ ਪਰੂਫ ਲੀਟਰ ਸ਼ਰਾਬ ਹੈ ਜਿਹੜੀ ਉਹ ਪੰਜਾਬ ਦੀ ਧਰਤੀ 'ਤੇ ਵਿਕ ਰਹੀ ਹੈ 1980 ਦੇ ਮੁਕਾਬਲੇ। ਇਸੇ ਤਰ੍ਹਾਂ ਸ਼ਰਾਬ ਦੀ ਜਿਹੜੀ ਕੁੱਲ ਵਰਤੋਂ 1980 ਦੇ ਵਿੱਚ 2.76 ਕਰੋੜ ਪਰੂਫ ਲੀਟਰ ਤੋਂ ਵੱਧ ਕੇ ਅੱਜ 5 ਗੁਣਾ 15 ਕਰੋੜ ਦੇ ਕਰੀਬ ਪਰੂਫ ਲੀਟਰ ਸ਼ਰਾਬ ਹੈ ਜਿਹੜੀ ਉਹ ਪੰਜਾਬ ਦੀ ਆਬਾਦੀ ਪੀ ਰਹੀ ਹੈ। ਇਹਨਾਂ ਅੰਕੜਿਆਂ ਤੋਂ ਸਪਸ਼ਟ ਹੈ
ਕਿ ਸ਼ਰਾਬ ਦੀ ਖੁੱਲ ਪੰਜਾਬ ਵਿੱਚ ਹੋਣ ਦੇ ਕਾਰਨ ਨਸ਼ੇ ਸ਼ਰਾਬ ਦੇ ਕਿੰਨੇ ਵਧੇ ਨੇ। ਜੇਕਰ ਪੰਜਾਬ ਵਿੱਚ ਅਫੀਮ ਖਾਣ ਵਾਲਿਆਂ ਦੀ ਆਪਾਂ ਗੱਲ ਕਰੀਏ ਤਾਂ ਆਲ ਇੰਡੀਆ ਇੰਸਟੀਟਿਊਸ਼ਨਸ ਆਫ ਮੈਡੀਕਲ ਸਾਇੰਸ ਨਵੀਂ ਦਿੱਲੀ ਦੇ ਵੱਲੋਂ ਜਿਹੜੇ ਅੰਕੜੇ ਪੇਸ਼ ਕੀਤੇ ਗਏ ਨੇ, ਪੰਜਾਬ ਵਿੱਚ ਅਫੀਮ ਜਾਂ ਅਫੀਮ ਤੋਂ ਬਣਦੇ ਨਸ਼ਿਆਂ ਦੇ ਜਿਹੜੇ ਨਸ਼ੇੜੀ ਨੇ ਉਹ ਘੱਟੋ ਘੱਟ 1,74,642 ਸਨ, ਔਰ ਵੱਧ ਤੋਂ ਵੱਧ ਅੱਜ ਜਿਹੜੀ ਗਿਣਤੀ ਆ ਉਹ 3,22,416 ਪਾਈ ਗਈ ਹੈ। ਅਫੀਮ ਖਾਣ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਵੀ ਵਧੀ ਹੈ। ਇਸੇ ਤਰ੍ਹਾਂ ਇੱਕ ਬਿਮਾਰੀ ਦਾ ਨਾਮ ਹੈ ਸਿਰਸੋਹੋਸਿਸ। ਇਹ ਜਿਹੜੀ ਬਿਮਾਰੀ ਹੈ ਨਾ ਜਿਗਰ ਫੇਲ ਕਰਦੀ ਹੈ, ਔਰ ਇਹ ਜਿਹੜੀ ਬਿਮਾਰੀ ਹੈ ਇਹ ਤੰਬਾਕੂ ਖਾਣ ਵਾਲਿਆਂ ਨੂੰ ਬਹੁਤੀ ਹੁੰਦੀ ਹੈ। ਅਤੇ ਪੰਜਾਬ ਵਿੱਚ ਜਿਹੜਾ ਤੰਬਾਕੂ ਉਹ ਸ਼ਰੇਆਮ ਵਿਕਦਾ, ਔਰ ਜੇ ਤੰਬਾਕੂ ਸ਼ਰੇਆਮ ਵਿਕਦਾ ਤਾਂ ਤੰਬਾਕੂ ਘਟਿਆ ਨਹੀਂ, ਤੰਬਾਕੂ ਖਾਣ ਵਾਲਿਆਂ ਦੀ ਗਿਣਤੀ ਵਧੀ ਹੈ। ਪੰਜਾਬ ਦੇ ਮਰੀਜ਼ਾਂ ਵਿੱਚ 33% ਜਿਹੜੇ ਕੈਂਸਰ ਤੰਬਾਕੂ ਦੇ ਕਾਰਨ ਹੁੰਦਾ ਹੈ। ਜੀਭ ਦਾ ਕੈਂਸਰ, ਮਸੂੜਿਆਂ ਦਾ ਕੈਂਸਰ, ਗਲੇ ਦਾ ਕੈਂਸਰ, ਫੇਫੜੇ ਦਾ ਕੈਂਸਰ, ਸਾਹ ਨਾਲੀ ਦਾ ਕੈਂਸਰ, ਭੋਜਨ ਨਲੀ ਦਾ ਕੈਂਸਰ, ਇਹਦੇ ਨਾਲ ਨਾਲ ਤੰਬਾਕੂ ਨਾਲ ਅੱਖਾਂ ਦੀਆਂ ਬਿਮਾਰੀਆਂ, ਦਿਲ ਦੀਆਂ ਨਾੜੀਆਂ ਦੀਆਂ ਬਿਮਾਰੀਆਂ ਵੱਧਦੀਆਂ ਪਈਆਂ ਨੇ। ਔਰ ਇਹਦੇ ਨਾਲ ਨਾਲ ਕਿਸਾਨਾਂ ਤੱਥ ਦੱਸਦੇ ਨੇ, ਅੰਕੜੇ ਨੇ ਕਿ ਕਿਸਾਨਾਂ ਦਾ 1/3 ਜਿਹੜਾ ਪੈਸਾ ਹੈ, 33% ਜਿਹੜਾ ਕਰਜ਼ਾ ਹੈ ਉਹ ਬਿਮਾਰੀਆਂ ਅਤੇ ਸ਼ਰਾਬ ਦੇ ਕਾਰਨ ਹੈ। ਸ਼ਰਾਬ ਦੇ ਕਾਰਨ ਅਤੇ ਬਿਮਾਰੀਆਂ ਦੇ ਕਾਰਨ 33% ਕਿਸਾਨ ਨੇ ਜਿਹੜੇ ਉਹ ਦੁਖੀ ਨੇ, ਕਰਜ਼ਾਈ ਨੇ ਸ਼ਰਾਬ ਦੇ ਕਾਰਨ। ਇਹਦਾ ਭਾਵ ਕਿ ਸ਼ਰਾਬ ਅਤੇ ਤੰਬਾਕੂ ਗੰਭੀਰ ਵਿਸ਼ਾ ਹੈ ਪੰਜਾਬ ਦੀ ਧਰਤੀ ਦਾ, ਔਰ ਪੈਸੇ ਦੀ ਬਰਬਾਦੀ ਦਾ ਵੱਡਾ ਕਾਰਨ ਹੈ। ਸ਼ਰਾਬ ਦੇ ਨਾਲ ਲੜਾਈਆਂ ਵੱਧਦੀਆਂ ਨੇ, ਕਚਹਿਰੀਆਂ ਦੇ ਵਿੱਚ ਜੱਜਾਂ ਅਤੇ ਵਕੀਲਾਂ ਨੂੰ ਮੌਜਾਂ ਲੱਗਦੀਆਂ, ਔਰ ਪੰਜਾਬ ਦਾ ਜਿਹੜਾ ਕਿਸਾਨ ਹੈ ਦਿਨੋਂ ਦਿਨ ਨਗਾਰ ਵੱਲ ਜਾਂਦਾ। ਜੇਕਰ ਆਪਾਂ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਸੰਖੇਪ ਦੇ ਨਾਲ ਆਪਾਂ ਸੰਕੋਚ ਵੀ ਲਈਏ ਤਾਂ ਇਹ ਤੱਥ ਸਾਹਮਣੇ ਆਉਂਦੇ ਨੇ ਕਿ ਪੰਜਾਬ ਵਿੱਚ ਪਹਿਲੀ ਗੱਲ ਤਾਂ ਮਿਲਣੀ ਨਹੀਂ ਜੀ, ਜੇ ਪੰਜਾਬ ਦੇ ਵਿੱਚ ਲਾਇਸੈਂਸ ਨੇ ਜਿਹੜੇ ਅਫੀਮ ਦੇ ਮਿਲ ਵੀ ਗਏ, ਵੈਸੇ ਮਿਲਣ ਵਾਲੇ ਹੈ ਨਹੀਂ ਪਰ ਚਲੋ ਇੱਕ ਸਮਝਣ ਦੇ ਲਈ ਵੀ ਮਿਲ ਵੀ ਜਾਣ, ਅਤੇ ਕਿੰਨੀ ਧਰਤੀ ਦੇ ਉੱਤੇ ਇਹ ਖੇਤੀ ਹੋਵੇਗੀ ਅਤੇ ਕਿੰਨੇ ਪਰਸੈਂਟ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਹ ਵੀ ਸਮਝ ਲਓ। ਜੇ ਪੰਜਾਬ ਦੀ ਧਰਤੀ ਦੇ ਕਿਸਾਨਾਂ ਨੂੰ ਅਫੀਮ ਦਾ ਲਾਇਸੈਂਸ ਮਿਲ ਵੀ ਜਾਣ ਅਤੇ 0.04% ਲੋਕਾਂ ਨੂੰ, 1% ਤੋਂ ਵੀ ਘੱਟ ਕਿਸਾਨਾਂ ਨੂੰ ਇਹ ਲਾਇਸੈਂਸ ਮਿਲਣਗੇ। ਆ ਜਿਹੜੇ ਤੁਸੀਂ ਧਰਨਿਆਂ ਦੇ ਉੱਤੇ ਬੈਠਣ ਵਾਲੇ ਕਿਸਾਨ ਹੈ ਨਾ, ਪਾਣੀ ਦੀਆਂ ਜਿਹੜੀਆਂ ਸੜਕਾਂ 'ਤੇ ਬੈਠ ਬੈਠ ਕੇ ਪ੍ਰੈਸ਼ਰਾਂ ਦੇ ਨਾਲ, ਪਾਣੀ ਦੇ ਨਾਲ, ਠੰਡ ਦੇ ਵਿੱਚ ਕੰਬਣ ਵਾਲੇ ਜਿਹੜੇ ਤੁਸੀਂ ਸੜਕਾਂ 'ਤੇ ਫਿਰਦੇ ਰਹਿੰਦੇ ਹੋ, ਕਿਸਾਨ ਧਰਨਿਆਂ 'ਤੇ ਫਿਰਦੇ ਰਹਿੰਦੇ ਹੋ, ਇਹ ਕਿਸਾਨਾਂ ਵਿੱਚੋਂ ਕਿਸੇ ਨੂੰ ਲਾਇਸੈਂਸ ਨਹੀਂ ਜੀ ਮਿਲਣਾ। 0.04% ਕਿਸਾਨ ਪ੍ਰਭਾਵਿਤ ਹੋਏਗਾ ਔਰ 0.09% ਧਰਤੀ ਦੇ ਉੱਤੇ ਖੇਤੀ ਕਰਨ ਦੀ ਇਜਾਜ਼ਤ ਮਿਲੇਗੀ।
ਉਹਦੇ ਵਿੱਚ 4 to 5 ਹਜ਼ਾਰ ਕਿਸਾਨਾਂ ਨੂੰ ਲਾਇਸੈਂਸ ਮਿਲਣਗੇ। ਲਾਇਸੈਂਸ ਨਹੀਂ ਵੈਸੇ ਇਹਨਾਂ ਨੂੰ ਮਿਲਣੇ, 4 to 5 ਹਜ਼ਾਰ ਕਿਸਾਨ ਪ੍ਰਭਾਵਿਤ ਹੋਣਗੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਜੇ ਲਾਇਸੈਂਸ ਮਿਲ ਵੀ ਜਾਣ ਤਾਂ, ਔਰ ਕੁਝ ਕੁ ਹਜ਼ਾਰਾਂ ਨੂੰ ਉਹ ਮਿਲਣਗੇ। ਕੁਝ ਕੁ ਹਜ਼ਾਰਾਂ ਦੇ ਵਿੱਚੋਂ ਤੁਸੀਂ ਇਹ ਦੇਖ ਲਓ ਵੀ ਬਾਦਲ ਦੇ ਫਰਮੈਸ਼ੀ ਕਿੰਨੇ ਹੋਣਗੇ, ਮਜੀਠੀ ਇਹ ਪਰਿਵਾਰ ਦੇ ਵਿੱਚੋਂ ਕਿੰਨੇ ਹੋਣਗੇ, ਅਤੇ ਕੈਪਟਨ ਸਾਹਿਬ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਅਤੇ ਉਹਨਾਂ ਦੇ ਸਕੇ ਸੰਬੰਧੀ ਉਹਨਾਂ ਦੇ ਨੇੜਲੇ ਮੰਤਰੀ ਸੰਤਰੀ ਉਹ ਕਿੰਨੇ ਕੁ ਹੋਣਗੇ ਉਹਨਾਂ ਦੇ। ਇਹ ਲਾਇਸੈਂਸ ਤੁਹਾਨੂੰ ਧਰਨੇ ਉੱਤੇ ਬੈਠਣ ਵਾਲੇ ਕਿਸਾਨਾਂ ਵਿੱਚੋਂ ਕਿਸੇ ਨੂੰ ਨਹੀਂ ਮਿਲਣਾ, ਇਹ ਉਹਨਾਂ ਲੋਕਾਂ ਨੂੰ ਮਿਲਣੇ ਜਿਹੜੇ ਉਹ ਲੀਡਰਾਂ ਦੇ ਨਜ਼ਦੀਕ ਹੈ। ਤੁਸੀਂ ਡਾਂਗਾ ਖਾਂਦੇ ਇੱਦਾਂ ਹੀ ਨਾਅਰੇ ਲਾਉਂਦੇ ਰਹਿ ਜਾਣਾ, ਅਫੀਮ ਦੀ ਖੇਤੀ ਦੀ ਮੰਗ ਤੁਸੀਂ ਕਰਦੇ ਹੋ, ਲਾਇਸੈਂਸ ਉਹਨਾਂ ਰਾਜਨੀਤਿਕ ਲੋਕਾਂ ਦੇ ਅੱਗੇ ਪਿੱਛੇ ਘੁੰਮਣ ਵਾਲਿਆਂ ਨੇ ਲੈ ਜਾਣੇ ਆ, ਤੁਹਾਡੇ ਪੱਲੇ ਕੱਖ ਨਹੀਂ ਆਉਣਾ, ਫਿਰ ਕੰਧਾਂ ਨਾਲ ਸਿਰ ਮਾਰ ਮਾਰ ਕੇ ਤੁਸੀਂ ਰੋਣਾ। ਇਸ ਕਰਕੇ ਚੰਗੀ ਗੱਲ ਇਹੀ ਹੈ ਕਿ ਜੇ ਅਸੀਂ ਇਸ ਫਸਲੀ ਚੱਕਰ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਔਰ ਸੱਚਮੁੱਚ ਆਪਣੇ ਪੰਜਾਬ ਨੂੰ ਦੁਬਾਰਾ ਫਿਰ ਪੈਰਾਂ ਸਿਰ ਖੜ੍ਹਾ ਕਰਨੇ ਚਾਹੁੰਦੇ ਹੈ, ਅਤੇ ਜਿਹੜੀ ਸਿੱਖਿਆ, ਜਿਹੜਾ ਸਿਧਾਂਤ, ਜਿਹੜਾ ਫਾਰਮੂਲਾ ਸਾਨੂੰ ਗੁਰੂ ਨੇ ਦੱਸਿਆ ਨਾ, ਗੁਰੂ ਦੇ ਦੱਸੇ ਹੋਏ ਫਾਰਮੂਲੇ 'ਤੇ ਚੱਲ ਕੇ ਅਸੀਂ ਸਫਲ ਹੋ ਸਕਦੇ ਹਾਂ। ਉਹ ਕਿਹੜਾ ਫਾਰਮੂਲਾ ਹੈ? ਸਭ ਤੋਂ ਪਹਿਲਾਂ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਬਾਣੀ 'ਚ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ ਕਹਿ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਨਾਕੋ ਕਾਟੀ ਕਾਨੋ ਕਾਟੀ, ਆ ਬਹੁਤ ਵੱਡੀ ਬਿਮਾਰੀ ਹੈ ਪੰਜਾਬ ਦੇ ਕਿਸਾਨਾਂ ਨੂੰ। ਨੱਕ ਬਚਾਉਣ ਦੀ ਖਾਤਰ ਬੜਾ ਕੁਝ ਕਰਦੇ ਆ, ਕੰਨਾਂ ਦੇ ਵਿੱਚ ਵਡਿਆਈ ਪਵੇ, ਕੰਨਾਂ ਵਿੱਚ ਸ਼ੋਭਾ ਪਵੇ, ਇਹਦੀ ਖਾਤਰ ਬੜਾ ਕੁਝ ਕਰ ਦਿੰਦੇ ਆ। ਗਵਾਂਢੀਆਂ ਦੇ ਕੋਲ 10 ਕਿੱਲੇ ਜ਼ਮੀਨ ਸੀ, ਉਹਨੇ ਧੀ ਨੂੰ 15 ਲੱਖ ਦੀ ਗੱਡੀ ਦੇਤੀ, ਇੱਧਰ ਗਵਾਂਢੀ 2 ਕਿੱਲਿਆਂ ਵਾਲਾ ਵੀ ਕਹਿੰਦਾ 15 ਲੱਖ ਮੈਂ ਆਪਦੀ ਧੀ ਨੂੰ 15 ਲੱਖ ਦੀ ਗੱਡੀ ਦੇਣੀ, ਨੱਕ ਹੀ ਨਹੀਂ ਬਚਦਾ। ਉਹ ਫਿਰ 2 ਕਿੱਲੇ ਉਹ ਗਹਿਣੇ ਦੇ ਕੇ ਅਤੇ ਫਿਰ ਉਹ 15 ਲੱਖ ਦੀ ਜਿਹੜੀ ਗੱਡੀ ਉਹ ਧੀ ਨੂੰ ਦੇ ਦਿੰਦਾ, ਅਤੇ ਪੁੱਤ ਨੂੰ ਫਿਰ ਸਾਫ ਹੀ ਨਹੀਂ ਕਰਦਾ ਕਿਉਂਕਿ ਜ਼ਮੀਨ ਤਾਂ ਗਹਿਣੇ ਪਈ ਹੈ। ਉਹ ਫਿਰ ਉਹ ਜਦੋਂ ਪੁੱਤ ਦੀ ਉਮਰ ਵੱਧ ਜਾਂਦੀ ਹੈ ਫਿਰ ਉਹ ਜ਼ਮੀਨ ਛਡਾਈ ਵੀ ਨਹੀਂ ਜਾਂਦੀ, ਫਿਰ ਫਾਹਾ ਲੈ ਕੇ ਮਰਦਾ ਹੈ ਕਿਉਂਕਿ ਦਿਹਾੜੀ ਜਾਂਦੇ ਨੂੰ ਵੀ ਤਾਂ ਸੰਗ ਲੱਗਦੀ ਹੈ ਨਾ, ਜੱਟਾਂ ਦਾ ਪੁੱਤ ਹੈ। ਇੱਕ ਜਿਹੜੀ ਲੋਕ ਦਿਖਾਵੇ ਦੀ ਜਿਹੜੀ ਜ਼ਿੰਦਗੀ ਆ ਨਾ, ਇਹ ਸਾਨੂੰ ਛੱਡਣੀ ਪਏਗੀ। ਜਿਹੜਾ ਨੱਕ ਨਹੀਂ ਨਾ ਮੇਰਾ ਰਹਿੰਦਾ, ਇਹ ਤਿਆਗਣੀ ਪਏਗੀ ਬਿਰਤੀ। ਜਿਹੜਾ ਵਿਆਹ, ਧੀਆਂ ਪੁੱਤਾਂ ਦੇ ਵਿਆਹ ਕੁਝ ਕੁ ਹਜ਼ਾਰਾਂ ਰੁਪਈਆਂ 'ਚ ਹੋ ਸਕਦੇ ਨੇ, ਅਸੀਂ ਫਾਹਾ ਲੈ ਕੇ ਲੋਕ ਦਿਖਾਵੇ ਦੀ ਖਾਤਰ, ਆ ਕਾਨੋ ਕਾਟੀ ਦੀ ਖਾਤਰ ਅਸੀਂ ਲੱਖਾਂ ਖਰਚ ਕਰਦੇ ਹਾਂ। ਬੈਂਕ ਤੋਂ ਕਰਜ਼ਾ ਲੈ ਕੇ, ਸ਼ਾਹੂਕਾਰ ਤੋਂ, ਬਾਣੀਏ ਤੋਂ ਕਰਜ਼ਾ ਲੈ ਕੇ, ਅਤੇ ਪੁੱਤ ਦੇ ਵਿਆਹ ਵਿੱਚ ਅਸੀਂ ਫਿਰ 8-8 ਲੱਖ ਵਾਲਾ ਸਿੰਗਰ ਬੁਲਾਉਣੇ ਆ, ਕਲਾਕਾਰ ਮੰਗਾਉਣੇ ਆ। ਕਲਾਕਾਰ ਤੋਂ ਬਿਨਾਂ ਪੁੱਤ ਘੋੜੀ ਨਹੀਂ ਚੜ੍ਹਦਾ, ਚੜ੍ਹਦਾ ਤਾਂ ਹੈ ਪਰ ਉਹ ਨੱਕ ਵੀ ਤਾਂ ਰੱਖਣਾ ਹੈ ਨਾ। ਜਿਹੜਾ ਘਰ ਵਿੱਚ ਖੁੱਲ੍ਹੇ ਜ਼ਮੀਨ 'ਚ ਟੈਂਟ ਲਾ ਕੇ ਵਿਆਹ ਹੋ ਸਕਦਾ ਨਾ, ਉਹ ਅਸੀਂ ਲੱਖਾਂ ਰੁਪਈਆ ਲਾ ਕੇ ਪੈਲਸ 'ਚ ਕਰਦੇ ਹਾਂ। ਘਰ ਵਿੱਚ ਤਾਂ ਮਠਿਆਈਆਂ 4 ਤਰ੍ਹਾਂ ਦੀਆਂ ਬਣਾਵਾਂਗੇ ਸਰ ਜਾਏਗਾ, ਉੱਥੇ ਤਾਂ 15 ਤਰ੍ਹਾਂ ਦੀਆਂ ਚਾਹੀਦੀਆਂ, ਖਰਚਾ ਤਾਂ ਤੇਰੇ ਪੱਲਿਓਂ ਜਾਣਾ ਹੈ। ਉਹ ਜਿਹੜਾ ਦਿਖਾਵੇ ਦੀ ਜ਼ਿੰਦਗੀ ਆ ਉਹਨੇ ਸਾਨੂੰ ਬਰਬਾਦ ਕੀਤਾ ਹੈ। ਇੱਕ ਤਾਂ ਇਹ,
ਅਸੀਂ ਲੋਕ ਦਿਖਾਵੇ ਦੇ ਵਿਆਹ ਸ਼ੋਭਾ ਵਡਿਆਈ ਵਾਲੀਆਂ ਚੀਜ਼ਾਂ ਇਹ ਤੋਂ ਅਸੀਂ ਬਾਜ ਆਈਏ। ਅਤੇ ਦੂਸਰਾ ਇੱਕ ਫਾਰਮੂਲਾ ਸਿੱਕਮ ਸਰਕਾਰ ਨੇ ਸਾਨੂੰ ਦਿੱਤਾ, ਮੈਂ 2 ਮਿੰਟਾਂ ਵਿੱਚੋਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਜਿਹੜਾ ਸਿੱਕਮ ਰਾਜ ਹੈ ਨਾ, ਉਹਨੂੰ ਸੰਯੁਕਤ ਰਾਸ਼ਟਰ ਨੇ ਪਿਛਲੇ ਸਾਲਾਂ ਦੇ ਵਿੱਚ 100% ਕੁਦਰਤੀ ਖੇਤੀ, ਜੈਵਿਕ ਖੇਤੀ ਗੋਲਡ ਮੈਡਲ ਦੇ ਨਾਲ ਸਨਮਾਨਿਤ ਕੀਤਾ। 100% ਜੈਵਿਕ ਸਟੇਟ ਹੈ, ਕੁਦਰਤੀ ਖੇਤੀ ਸਟੇਟ ਰਾਜ ਮੰਨਿਆ ਗਿਆ ਸਿੱਕਮ। ਕਿਵੇਂ ਬਣ ਗਿਆ? ਬਹੁਤ ਘੱਟ ਖੇਤੀ ਦਾ ਰਕਬਾ ਹੈ ਉੱਥੇ, ਪਰ ਬਹੁਤ ਕਿਸਾਨ ਦੀ ਵਧੀਆ ਹਾਲਤ ਹੈ ਉੱਥੇ। ਕਾਰਨ ਕੀ ਹੈ? 2003 ਦੇ ਵਿੱਚ ਉੱਥੋਂ ਦੀ ਸਰਕਾਰ ਨੇ ਇੱਕ ਸਰਵੇ ਕੀਤਾ, ਉੱਥੇ ਕੈਂਸਰ ਬਹੁਤ ਵੱਧ ਗਿਆ ਸੀ। ਕੈਂਸਰ ਉੱਥੋਂ ਦੇ ਸਰਕਾਰ ਨੇ ਸਰਵੇ ਕਰਾਇਆ ਵੀ ਸਾਡੇ ਲੋਕਾਂ 'ਚ ਕੈਂਸਰ ਕਿਉਂ ਵੱਧ ਰਿਹਾ। ਉਹ ਕਹਿੰਦੇ ਤੁਹਾਡੀ ਖਾਣ ਪੀਣ ਵਿੱਚ ਰਸਾਇਣ ਹੈ, ਕੈਮੀਕਲ ਹੈ, ਜ਼ਹਿਰ ਆ ਤੁਹਾਡੀ ਖਾਣ ਪੀਣ ਵਿੱਚ। ਆ ਤੁਸੀਂ ਮਾਲਵੇ ਦੀ ਸਾਰੀ ਬੈਲਟ ਜਾਓ, ਉੱਥੇ ਹਾਲ ਕੀ ਹੋਇਆ ਪਿਆ। ਆ ਮਾਲਵੇ ਦੇ ਵਿੱਚ ਪਿੰਡ ਬਠਿੰਡਾ ਪਿੰਡ ਆ, ਉੱਥੇ ਇੱਕ ਪਿੰਡ ਪੈਂਦਾ ਦਿਉਣ, ਗਿਣਤੀ ਨਹੀਂ ਤੁਸੀਂ ਕਰ ਸਕਦੇ ਉੱਥੇ ਇੰਨੇ ਕੈਂਸਰ ਦੇ ਮਰੀਜ਼ ਹੈ, ਗਿਣਤੀ ਨਹੀਂ ਹੁੰਦੀ, ਘਰ ਘਰ ਕੈਂਸਰ ਦਾ ਮਰੀਜ਼ ਪਿਆ ਉੱਥੇ। ਇਹ ਹਾਲਤ ਕਦੇ ਸਿੱਕਮ ਦੀ ਹੋ ਗਈ ਸੀ 2000 ਦੇ ਵਿੱਚ। ਉੱਥੋਂ ਦੀ ਸਰਕਾਰ ਨੇ ਇੱਕ ਸਖਤੀ ਨਾਲ ਨਿਰਣਾ ਕੀਤਾ ਵੀ ਅਸੀਂ ਰਸਾਇਣਿਕ ਖੇਤੀ ਨੂੰ, ਕੈਮੀਕਲ ਖੇਤੀ ਨੂੰ, ਜ਼ਹਿਰ ਵਾਲੀ ਖੇਤੀ ਤੋਂ ਮੁਕਤ ਕਰਨਾ ਹੈ ਆਪਣਾ ਰਾਜ। ਲੋਕਾਂ ਨੂੰ ਸਿਖਾਇਆ, ਲੋਕਾਂ ਨੂੰ ਸਮਝਾਇਆ, ਲੋਕਾਂ ਨੂੰ ਨਵੀਆਂ ਨਵੀਆਂ ਸਕੀਮਾਂ ਦਿੱਤੀਆਂ, ਲੋਕਾਂ ਦੀ ਮਦਦ ਕੀਤੀ। ਔਰ ਪਹਿਲੇ 3-4 ਸਾਲ ਉਹਨਾਂ ਨੂੰ ਰਿਜ਼ਲਟ ਬਹੁਤਾ ਨਹੀਂ ਮਿਲਿਆ ਵਧੀਆ, ਕਿਸਾਨ ਘਬਰਾ ਗਏ ਉੱਥੋਂ ਦੇ। ਪਰ ਹੌਲੀ ਹੌਲੀ ਝਾੜ ਸੀ ਜਿਹੜਾ, ਭਾਵੇਂ ਉਹ ਫਸਲ ਦਾ ਓਨਾ ਨਹੀਂ ਹੋ ਸਕਿਆ, ਪਰ ਉਹਨਾਂ ਦੀ ਖੇਤੀ ਦੀ ਜਿਹੜੀ ਕੀਮਤ ਸੀ ਫਸਲ ਦੀ, ਉਹ 2-3 ਗੁਣੀ ਰੇਟ ਮਿਲਣ ਲੱਗ ਪਈ। ਜਿਹੜੀ ਚੀਜ਼ 1 ਰੁਪਈਏ ਦੇ ਵਿੱਚ ਵੇਚਦੇ ਸਨ, ਕੈਮੀਕਲ ਵਾਲੀ ਖੇਤੀ, ਰਸਾਇਣਕ ਜ਼ਹਿਰ ਵਾਲੀ ਖੇਤੀ, ਉਹ ਖੇਤੀ ਤੋਂ ਕੁਦਰਤੀ ਹੋਣ ਲੱਗ ਪਈ, ਉਹ 2.5-3 ਰੁਪਈਆਂ ਵਿੱਚ ਵਿਕਣ ਲੱਗ ਪਈ। ਉਹਨਾਂ ਨੂੰ ਫਾਇਦਾ ਹੋਣਾ ਸ਼ੁਰੂ ਹੋ ਗਿਆ, ਲਾਗਤ ਘੱਟ ਗਈ ਅਤੇ ਆਮਦਨ ਵੱਧ ਗਈ। ਅੱਜ ਜਿਹੜਾ ਜਿੱਥੇ ਪੂਰੇ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ ਉਹ ਖੁਦਕੁਸ਼ੀਆਂ ਕਰ ਰਿਹਾ ਹੈ, ਉੱਥੇ ਸਿੱਕਮ ਸਟੇਟ ਦਾ ਕਿਸਾਨ ਕੁਦਰਤੀ ਖੇਤੀ ਕਰਕੇ, ਜ਼ਹਿਰ ਦੀ ਖੇਤੀ ਤੋਂ ਮੁਕਤ ਹੋ ਕੇ ਅੱਜ ਸੁੱਖ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇਸ ਕਰਕੇ ਆ ਜਿਹੜੀ ਪੰਜਾਬ ਦੀ ਧਰਤੀ ਹੈ ਨਾ, ਇੱਥੇ ਬਾਬਾ ਨਾਨਕ ਨਾਮ ਬੀਜ ਸੰਤੋਖ ਸੁਹਾਗਾ ਗ੍ਰਖ ਗਰੀਬੀ ਵੇਸ ਦੀ ਗੱਲ ਕਰਦਾ, ਇੱਥੇ ਨਸ਼ੇ ਬੀਜਣ ਦੀ ਗੱਲ ਨਹੀਂ ਕਰਦਾ। ਇਸ ਲਈ ਆਪਣੇ ਆਦਤਾਂ ਤੋਂ ਬਾਜ ਆਈਏ, ਦਿਖਾਵੇ ਦੀ ਜ਼ਿੰਦਗੀ, ਦਿਖਾਵਿਆਂ ਦੇ ਵਿਆਹ, ਸ਼ਰਾਬ। ਮੈਂ ਕਹਿੰਦਾ ਜਿਹੜੇ ਜਿਹੜੇ ਲੀਡਰ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਅਫੀਮ ਦੀ ਖੇਤੀ ਦੀ ਮੰਗ ਕਰੋ, ਉਹਨਾਂ ਨੇ ਤੁਹਾਨੂੰ ਇਹ ਕਿਹਾ ਵੀ ਸ਼ਰਾਬ ਛੱਡ ਦਿਓ। ਉਹਨਾਂ ਨੇ ਤੁਹਾਨੂੰ ਕਦੇ ਇਹ, ਜਿਹੜੇ ਕਹਿੰਦੇ ਆ ਵੀ ਅਫੀਮ ਦੀ ਖੇਤੀ ਨਾਲ ਭਲਾ ਹੋ ਜਾਏਗਾ, ਉਹਨਾਂ ਨੇ ਤੁਹਾਨੂੰ ਕਦੇ ਇਹ ਕਿਹਾ ਵੀ ਧੀਆਂ ਪੁੱਤਰਾਂ ਦੇ ਵਿਆਹਾਂ 'ਤੇ ਖਰਚ ਘੱਟ ਕਰ ਦਿਓ, ਤੁਹਾਡਾ ਭਲਾ ਹੋ ਜਾਏਗਾ। ਆ ਜਿਹੜਾ ਜ਼ਹਿਰ ਤੁਸੀਂ ਬੀਜੀ ਜਾਂਦੇ ਹੋ, ਇਹ ਜ਼ਹਿਰ ਦਿਨੋਂ ਦਿਨ ਰੇਹਾਂ ਸਪਰੇਆਂ ਦੇ ਨਾਲ ਖੇਤੀ ਕਰਦੇ ਪਏ ਹੋ, ਇਹ ਨਾਲ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਏਗੀ, ਤੁਸੀਂ ਸੁਖੀ ਹੋ ਜਾਓਗੇ, ਇਹ ਬੰਦ ਕਰ ਦਿਓ। ਨਹੀਂ, ਕਿਉਂਕਿ ਇਹਨਾਂ ਤਰੀਕਿਆਂ ਨਾਲ ਤੁਸੀਂ ਸੱਚਮੁੱਚ ਹੀ ਸਫਲ ਹੋ ਜਾਣਾ, ਸੁਖੀ ਹੋ ਜਾਣਾ,
ਅਤੇ ਜਦੋਂ ਕਿਸਾਨ ਸੁਖੀ ਹੋ ਗਿਆ ਫਿਰ ਲੀਡਰਾਂ ਦੇ ਸਾਹਮਣੇ ਖੜ੍ਹਾ ਹੋ ਜਾਏਗਾ। ਨਹੀਂ ਤਾਂ ਜਿਹੜਾ ਨਸ਼ੇ ਕਰਨ ਵਾਲਾ ਬੰਦਾ ਹੈ ਨਾ, ਕਿਉਂ ਤੁਹਾਨੂੰ ਨਸ਼ੇੜੀ ਬਣਾਇਆ ਜਾਂਦਾ ਹੈ? ਤੁਹਾਡੇ ਧੀਆਂ ਪੁੱਤਰ ਹੁਣ ਤਾਂ ਮੁਸ਼ਕਲ ਦੇ ਨਾਲ ਕਦੇ ਫੀਮ ਕੋਈ ਅਮੀਰ ਬੰਦਾ ਖਾਂਦਾ, ਫਿਰ ਤਾਂ ਘਰ ਘਰ ਦਿਹਾੜੀਦਾਰ ਵੀ ਫੀਮ ਖਾਇਆ ਕਰੇਗਾ। ਅਫੀਮ ਦੇ ਨਾਲ ਅਣਖ ਮਰ ਜਾਂਦੀ ਹੈ ਬੰਦੇ ਦੀ। ਅਫੀਮ ਬੰਦੇ ਦੇ ਦਿਮਾਗ ਨੂੰ ਸੁੰਨ ਕਰ ਦਿੰਦੀ ਹੈ। ਅਫੀਮ ਖਾਣ ਵਾਲੇ ਬੰਦੇ 'ਤੇ ਕੁੱਟ ਦਾ ਵੀ ਬਹੁਤ ਅਸਰ ਨਹੀਂ ਹੁੰਦਾ। ਨਾੜੀ ਤੰਤਰ ਵਿੱਚ ਭਿਆਨਕ ਰੋਗ ਲੱਗ ਜਾਂਦੇ ਹੈ ਔਰ ਬੰਦਾ ਸੰਵੇਦਨਸ਼ੀਲ ਤੋਂ ਸੰਵੇਦਨਹੀਨ ਹੋਣ ਲੱਗ ਪੈਂਦਾ। ਆਪਣੇ ਆਪ ਅਨਿਆਂ ਦੇ ਵਿਰੁੱਧ, ਬੇਇਨਸਾਫੀ ਦੇ ਵਿਰੁੱਧ, ਜ਼ੁਲਮ ਦੇ ਵਿਰੁੱਧ ਜਿਹੜੀ ਆਵਾਜ਼ ਉਠਾਉਣ ਦਾ ਮਾਦਾ ਹੈ ਅੰਦਰੋਂ ਖਤਮ ਹੋ ਜਾਂਦਾ। ਇਹੀ ਤਾਂ ਚਾਹੁੰਦੇ ਨੇ ਲੋਕ। ਪੰਜਾਬ ਦੀ ਅਣਖ ਨੂੰ ਮਾਰਨ ਦੇ ਲਈ ਤੁਹਾਨੂੰ ਨਸ਼ਿਆਂ ਦੀ ਖੇਤੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਔਰ ਇਹਨਾਂ ਸੰਵੇਦਨਹੀਨਤਾ ਦੇ ਕਾਰਨ ਜ਼ਮੀਨਾਂ ਉੱਤੇ ਕਾਰਪੋਰੇਟ ਲੋਕ ਜਿਹੜੇ ਕਬਜ਼ਾ ਕਰਨਾ ਚਾਹੁੰਦੇ ਆ, ਸਰਕਾਰੀ ਲੋਕ ਤੁਹਾਡਾ ਦਮਨ ਕਰਨਾ ਚਾਹੁੰਦੇ ਆ। ਇਸ ਕਰਕੇ ਪੋਸਤ ਦੀ ਖੇਤੀ ਦੀਆਂ ਮੰਗਾਂ ਦਾ ਵਿਰੋਧ ਕਰੀਏ, ਉਹਨਾਂ ਲੋਕਾਂ ਦੇ ਨਾਲ ਖੜ੍ਹੇ ਹੋਈਏ ਜਿਹੜੇ ਲੋਕ ਸੱਚਮੁੱਚ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦੇ ਨੇ, ਨਾ ਕਿ ਤੁਹਾਡੀਆਂ ਵੋਟਾਂ ਉੱਤੇ ਆਪਣੇ ਧੀਆਂ ਪੁੱਤਰਾਂ ਨੂੰ ਪਾਲਣਾ ਚਾਹੁੰਦੇ ਆ। ਮੈਂ ਤੁਹਾਡੇ ਸਾਹਮਣੇ ਕੇਵਲ ਅੰਕੜੇ ਰੱਖੇ ਆ। ਹੁਣ ਚੰਗਾ ਕੀ ਹੈ, ਮਾੜਾ ਕੀ ਹੈ, ਇਹ ਤੁਸੀਂ ਆਪਣੇ ਆਪ ਸੋਚਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।